ഐദം മനാസിറം വദലീൽ വായനാ ഹത്താ തുസ്കിനഹു വർസഖതവൻ വതുമത്തിയഹു ഫീഹാ തവീലാ യാ റബ്ബ മുഹമ്മദിൻ വാഉലി മുഹമ്മദ് വാജിൽ ഫറജാഉലി മുഹമ്മദ് മാലിക് അല്ലാഹ് തുസി തമാം ശരീഫാ ദി ഇബാദത് കബൂൽ ഫർമാവേ അല്ലാഹ് പാക് തുടാ കദം ബ കദം തുറായാ ഇബാദത് ശുമാർ ഫർമാവേ ബാനി മജാലിസ് കാബിൽ ഇസ്സത് റാണാ മുദസ്സിർ അദ്നാൻ സാഹിബ് ദേ തമാം മാലിക് കബൂൽ ഫർമാവേ അല്ലാഹ് പാക് ഇനാ ദേ റിസ്ക് ഇച്ച് ബർകത് അതാ ഫർമാവേ മാലിക് അല്ലാഹ് ഇനാ ദേ മർഹൂമീൻ ദേ ദർജാത് ബുലന്ദ് ഫർമാവേ ഇത്രേ ആസാദാര സിക്ര ഇച്ച് മൗജൂദ ഹോ ദുആ ഭീ കർദാ ഹുസൈൻ ദിമാ ਤਨੋ ਕਿਸੇ ਦਾ ਮਹਤਾਜ ਨਹੀਂ ਮੂਮਨ ਮਖਸੂਸ ਬਿਮਾਰ ਹੈ ਫਿਰ ਕੇਜੀ ਸ਼ਾ ਮਾਲਕ ਉਹਨਾਂ ਨੂੰ ਸ਼ਿਫਾ عطا ਫਰਮਾਵੇ ਮੇਰੇ ਅਜ਼ੀਜ਼ ਸ਼ਹਿਰਯਾਰ ਦੀ ਵਾਲਦਨ ਤਕਲੀਫੇ ਮਾਲਕ ਸਿਹਤ عطا ਫਰਮਾਵੇ ਮੇਰੀ ਬੇਟੀ ਬਿਮਾਰ ਹੈ ਮਸੂਮਾ ਦੇ ਦੁੱਖਾਂ ਦਾ ਸਦਕਾ ਮਾਲਕ ਸ਼ਿਫਾ عطا ਫਰਮਾਵੇ ਵਾਰਿਸ ਇਮਾਮ ਜ਼ਮਾਨਾ ਦੇ ਜ਼ਹੂਰ ਚ ਮਾਲਕ ਤਾਜੀਲ ਫਰਮਾਵੇ ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾ ਆਲ ਮੁਹੰਮਦ ਕਬਲ ਇਸਤਮਾ ਨੌਕਰੀ ਪਾਕ ਦਾ ਆਗਾਜ਼ ਕਰਾਂ ਜਿਹੜਾ ਬੰਦਾ ਮਜਲਿਸ ਸੁਣਨ ਆਇਆ ਉਹਦੇ ਨਾਲ ਮੈਂ ਗੱਲ ਵੀ ਕਰਦਾ ਉਹ ਦੋ ਦੋ ਕਦਮ ਅੱਗਾ ਆ ਜਾਵੇ ਜਿਹੜਾ ਜ਼ਿਕਰ ਸੁਣਨ ਆਇਆ ਜਿਹੜੇ ਆ ਸਕਦੇ ਹੋ ਮਿਹਰਬਾਨੀ ਕਰੋ ਅੱਲਾਹ ਤੁਹਾਡਾ ਟੁਰ ਆਇਆ ਕਬੂਲ ਫਰਮਾਵੇ ਆਪਣੇ ਵਕਤ ਦੇ ਅੰਦਰ ਮੈਂ ਨੌਕਰੀ ਮੁਕੰਮਲ ਕਰਕੇ ਆਪਣੇ ਪਿਆਰੇ ਵੀਰ ਜਨਾਬੇ ਭਾਈ ਜ਼ੈਨ ਅਬਾਸ ਜੰਡੀਰ ਸਾਹਿਬ ਦੇ ਮੈਂਬਰ ਹਵਾਲੇ ਕਰਸਾਂ ਹੁਸੈਨ ਬੋਲੇ ਤੋ ਫਿਰ ਕਿਤਾਬੇ ਵਹੀ ਕੋ ਆਪਣਾ ਮਿਆਂ ਬਣਾ ਦੇ ਬੰਦੇ ਨੂੰ ਹਾਜੀ ਸਾਹਿਬ ਅੱਲਾਹ ਤੁਹਾਡੀ ਜ਼ਿੰਦਗੀ ਦਾ ਰਾਜ਼ ਫਰਮਾਵੇ ਜ਼ਿਕਰ ਨੂੰ ਫਿਕਰ ਨਾਲ ਸੁਣਨਾ ਚਾਹੀਦਾ ਜਦੋਂ ਤੂੰ ਮਜਲੇ ਸੁਣਨ ਦਾ ਮਾਹੌਲ ਹੀ ਨਾ ਬਣਾਈ ਸੈਂ ਤਾਂ ਜ਼ਾਕਿਰ ਤਾਂ ਆਪਣੀ ਡਿਊਟੀ ਦੇ ਕੇ ਚਲਾ ਜਾਣਾ ਕੋਈ ਉੱਥੇ ਖਲਾ ਹੈ ਕੋਈ ਉੱਥੇ ਖਲੋਤਾ ਹੈ ਚੰਗਾ ਮਜਲਿਸ ਦਾ ਮਾਹੌਲ ਹੈ ਅੱਲਾਹ ਤੋਂ ਕੋਈ ਬਾਤ ਤੇ ਸ਼ਾਦ ਰੱਖੇ ਸਾਲ ਦੀ ਮਿਹਨਤ ਤੇ ਭਾਈ ਹੋਰ ਦੀ ਤੋ ਅੱਲਾਹ ਤੋਂ ਕੋਈ ਵਸਦਾ ਰੱਖੇ ਕੋਈ ਜ਼ਿਕਰ ਤਵੱਜੋ ਕਰ ਕੇ ਬਾਹਰ ਹੁਸੈਨ ਬੋਲੇ ਤੋ ਫਿਰ ਕਿਤਾਬ ਵਹੀ ਕੋ ਆਪਣਾ ਬਿਆਂ ਬਣਾ ਦੇ ਹੁਸੈਨ ਚਾਹੇ ਤੋ ਕਰ ਬਲਾ ਮੇ ਹਬੀਬ ਕੋ ਵੀ ਜਮਾਂ ਬਣਾ ਦੇ ਤੁਹਾਡੀ ਜ਼ਿੰਦਗੀ ਹੋਵੇ ਇਲਿਆ ਮੌਲਾ ਇੱਜ਼ਤ ਅਤਾ ਫਰਮਾਵੇ ਹੁਸੈਨ ਚਾਹੇ ਤੋ ਕਰ ਬਲਾ ਮੇ ਖਾਨ ਜੀ ਹਬੀਬ ਕੋ ਵੀ ਜਮਾਂ ਬਣਾ ਦੇ ਹੁਸੈਨ ਸੋਚੇ ਤੋ ਆਪਣੇ ਘਰ ਕੀ ਕਨੀਜ਼ ਫਿਜ਼ਾ ਕੋ ਮਾਂ ਬਣਾ ਦੇ ਹੁਸੈਨ ਚਾਹੇ ਜਹਾਂ ਜਹਾਂ ਮੇ ਜਹਾਂ ਵੀ ਚਾਹੇ ਜਹਾਂ ਬਣਾ ਦੇ ਨਾ ਵਸਾਤੇ ਜ਼ਰਫ ਸਾਥ ਛੋੜੇ ਤੁਸੇ ਇਹ ਸਖੀ ਕਾਇਨਾਤ ਦੇ ਦੇ ਜਿਸੇ ਮੁਹੰਮਦ ਨਾ ਏਕ ਬਖਸ਼ੇ ਹੁਸੈਨ ਚਾਹੇ ਤੋ ਸਾਥ ਦੇ ਦੇ ਮਾਸ਼ਾਅੱਲਾ ਮਾਸ਼ਾਅੱਲਾ ਹੈਦਰੀ ਅਲੀ ਅਲੈਹਿ ਸਲਾਤੁ ਵਸਲਾਮ ਅੱਲਾਹ ਤੋਂ ਅਗਰ ਤੋਰਾਇਆ ਕਬੂਲ ਫਰਮਾਵੇ ਬਿਲਕੁਲ ਵਕਤ ਕਲੋਜ਼ ਹੈ ਕੋਈ ਫਜ਼ਾਇਲ ਨਹੀਂ ਮੇਰਾ ਦਿਲ ਚਾਹੁੰਦਾ ਹੈ ਕਿ ਮੈਂ ਇੱਕ ਪਿਆਰੀ ਜਿਹੀ ਨਜ਼ਮ ਸੁਣਾਵਾਂ ਜਨਾਬ ਉਸ ਤੋਂ ਬਾਅਦ ਮੈਂ ਆਪਣੇ ਵਕਤ ਵਿੱਚ ਦੋ ਚਾਰ ਜੁਮਲੇ ਗੁਰਬਤ ਦੇ ਪੜ੍ਹ ਕੇ ਤਾਲਬੇ ਦੁਆ ਉਸ ਇਜਾਜ਼ਤ ਹੋਵੇ ਤਾਂ ਸ਼ੁਰੂ ਕਰੀਏ ਜੀ ਪਿਛਲੇ ਤੁਹਾਡਾ ਪ੍ਰੋਗਰਾਮ ਹੈ ਮੈਂ ਪੜ੍ਹ ਲਵਾਂ ਥੋੜ੍ਹਾ ਜਿਹਾ ਕਿਉਂਕਿ ਮੈਂ ਅਸ਼ਰੇ ਮੁਹਰਮ ਉਲ ਹਰਾਮ ਅਲਹਮਦੁਲਿਲਾ 9-10 ਸਾਲ ਤੋਂ ਬਾਅਦ ਆਪਣੇ ਡਿਸਟ੍ਰਿਕਟ ਵਿੱਚ ਪੜ੍ਹਦਾ ਪਿਆ ਮੇਰਾ ਪਹਿਲਾ ਅਸ਼ਰਾ ਹੈ ਦਰਬਾਰ ਆਲੀਆ ਪੀਰ ਸੈਯਦ ਜ਼ਫਰ ਅਲੀ ਸ਼ਾਹ ਬੁਖਾਰੀ ਸੁਬਹ 7-8 ਇਨਸ਼ਾਅੱਲਾ 2-10 ਮੁਹਰਮ ਤੱਕ ਰੋਜ਼ਾਨਾ ਜਨਾਬ ਦੀਆਂ ਜ਼ਿਆਰਤਾਂ ਹੁੰਦੀਆਂ ਰਸਨ ਮੈਂ ਜਿਹੜੀ ਨਜ਼ਮ ਸ਼ੁਰੂ ਕਰਨਾ ਚਾਹੁੰਦਾ ਜ਼ੈਨ ਭਾਈ ਅਸ਼ਰਾ ਮੁਹਰਮ ਕਰੀਬ ਆ ਗਿਆ ਹੈ ਅਜ਼ਰ ਭਾਈ ਮੈਂ ਪ੍ਰੋਗਰਾਮ ਤੁਹਾਨੂੰ ਦੱਸ ਰਹੀ ਹਾਂ ਬਈ ਸਾਡੇ ਜਿਹੜੇ ਨੌਜਵਾਨਾਂ ਦੇ ਪ੍ਰੋਗਰਾਮ ਹਨ ਅਸ਼ਰਾ ਮੁਹਰਮ ਦੇ ਹਵਾਲੇ ਨਾਲ ਉਹਦੀ ਇੱਕ ਤਰਤੀਬ ਹੈ ਸਾਡੀ ਉਹ ਮੈਂ ਨਜ਼ਮ ਵਿੱਚ ਪੜ੍ਹਨਾ ਚਾਹੁੰਦਾ ਤੁਹਾਡੇ ਮਿਜ਼ਾਜ ਮੰਦ ਮੈਂ ਸ਼ੁਰੂ ਕਰਨਾ ਚਾਹੁੰਦਾ ਇੱਕ ਸਲਵਾਤ ਉੱਚੀ ਪੜ੍ਹੋ ਸਾਰੇ ਜਿਵੇਂ ਮੇਰਾ ਦਿਲ ਹੈ ਸਾਰੇ ਸਲਵਾਤ ਉੱਚੀ ਆਵਾਜ਼ ਨਾਲ ਤਿਲਾਵਤ ਕਰਨਾ ਮਜਲਸਾ ਹੋਸੈਨ
ਜਲੂਸ ਹੋ ਸਿਆਣ ਇਹ ਹਰ ਅਜ਼ਾਦਾਰ ਦੀ ਵੀ ਸਦਾਏ। ਜਿਹੜੇ ਬੋਲਿਓ ਬੜੀ ਸਮਾਤਾਂ ਨੂੰ ਸਲਾਮ ਹੈ। ਜਲੂਸ ਹੋਸਨ ਇਹ ਹਰ ਅਜ਼ਾਦਾਰ ਦੀ ਸਦਾ ਹੈ, ਸਬੀਲ ਲੈ ਸੂੰ ਤੇ ਖੁਦ ਪੀ ਲੈ ਸੂੰ, ਚਲੈ ਸੂੰ ਲੰਗਰ ਜਗਾ ਜਗਾ ਹੈ। ਆ ਦੂਜੇ ਹੈਦਰੀ ਸ਼ੇਰ ਏਡਾ ਵੱਡਾ ਮੈਂ ਪਿਆ ਪੜਦਾ ਸਰ ਜਾ ਕੇ ਬੋਲ ਸਕਦਾ ਤਾਂ ਕੋਈ ਰੁਕੇ ਸੀ ਅਸਾਂ ਨਾ ਰੁਕਸੂ, ਨਮਾਜ਼ ਪੜ ਕੇ ਆਲਮ ਨੂੰ ਝੁਕਸੂ। ਕੀ ਬਾਤ ਹੈ ਭਾਈ, ਜ਼ਿੰਦਗੀ ਹੋਈ ਬਸਤਰ ਹੈ, ਖੈਰ ਹੋਈ ਯਾਰੀ ਲਾਜ਼ੀ ਰੰਗ ਲਾਵੀ। ਹੁਣ ਤੁਹਾਡਾ ਮਜਲਿਸ ਦੇ ਆਗਾਜ਼ ਚ ਇਹ ਹਾਲ ਹੈ, ਹੁਣ ਮੈਂ ਠੀਕ ਠਾਕ ਖਲੋਤਾ ਤੇ ਹਰ ਬੰਦੇ ਨੂੰ ਮਵੇ ਦਾ ਖਲਾ, ਬੰਦੇ ਯਾ ਇਲੀ ਦਾ ਨਾਂ ਹੀ ਨਹੀਂ ਬਚੇਂਗੇ। ਆਏ ਮਜਲਿਸ ਸੁਣਨ ਬੈਠੇ ਅੱਲਾ ਦੇ ਬੰਦੇ, ਮੌਲਾ ਦਾ ਨਾਂ ਲਾਉਣਾ ਖਤਮ ਹੈ, ਕੁਰਾਨ ਦਾ ਸਵਾਬ ਹੈ। ਉੱਚਾ ਬੋਲੋ ਹੈ ਗਰੀਬ ਕੋਈ ਰੁਕੇ ਸੀ ਅਸਾਂ ਨਾ ਰੁਕਸੂ, ਨਮਾਜ਼ ਪੜ ਕੇ ਅਲਮ ਝੁਕਸੂ, ਸਜੇ ਸੂ ਝੂਲਾ ਤੇ ਤਾਜ਼ੀਆਂ ਵੀ ਨਿਕਲ ਸੀ ਘਰ ਘਰ ਚੁਲ ਜਨਾਏ। ਅਲੀ ਅਲੈਹਿ ਸਲਾਤੁ ਵਸਲਾਮ ਜ਼ਿੰਦਗੀ ਦਰਾਜ਼ ਹੋਵੇ, ਬੰਦੇ ਪਰੇਸ਼ਾਨ ਹਨ, ਲੋਕ ਪਰੇਸ਼ਾਨ ਹਨ ਭਾਈ, ਆਜ਼ਾਦਾਰੀ ਤੇ ਸ਼ੀਆ ਇਤਨਾ ਖਰਚਾ ਕਰ ਰਹੇ ਹਨ, ਦਿਨ ਰਾਤ ਦੀਆਂ ਮਜਲਸਾਂ ਇਰਫਾਨ ਜਲੂਸ ਸ਼ਬੀਹਾਤ, ਆਜ਼ਾਦਾਰੀ ਦਾ ਸਿਲਸਿਲਾ ਲੰਗਰ ਸਬੀਲਾ। ਇੱਕ ਬੰਦੇ ਮੈਨੂੰ ਆਖਿਆ ਭਾਈ ਕਮ ਅਜ਼ ਕਮ ਕੁਝ ਤਾਂ ਆਪਣੇ ਵਾਸਤੇ ਬਚਾ ਕੇ ਰੱਖ ਲਓ, ਸਰ ਚਾ ਜੇ ਬੋਲ ਸਕਣਾ ਤਾਂ ਜਾਨ ਭਾਈ ਪਹਾੜ ਤੋਂ ਵਧਣੀ 70 ਰੁਪਇਆ ਪੜਦਾ। ਨਾ ਐਵੇਂ ਲੜਸੂ ਨਾ ਕਹਿ ਤੂੰ ਡਰਸੂ, ਲੁਟਾ ਕੇ ਹਰ ਸ਼ੈ ਜ਼ਵਾਰ ਕਰਸੂ। ਇਹਨਾਂ ਨੂੰ ਅੱਲਾ ਜ਼ਬਾਨ ਦਿੱਤੀ, ਉਹ ਬੰਦਾ ਮਜਲਸੇ ਬੋਲੇ ਜ਼ਿੰਦਗੀ ਦੇ ਰਾਜ਼ ਹੋਈ। ਹੱਥ ਉੱਚੇ ਹੈ ਦਰੀ ਜ਼ਿੰਦਗੀ ਤੇ ਸਾਡੀ ਬੰਦਗੀ ਰਜ਼ਾ ਦਾ ਰੌਲਾ ਤੇ ਕਰਬਲਾ ਹੈ। ਜ਼ਿੰਦਗੀ ਦਰਾਜ਼ ਹੋਵੇ, ਅੱਲਾ ਤਾਂ ਕੋਈ ਬਾਤ ਤੇ ਸ਼ਾਦ ਰੱਖੇ। ਇਹ ਦੋ ਸ਼ੇਰ ਹਨ, ਇਹਨਾਂ ਵਾਸਤੇ ਲਾਲਾ ਮੈਂ ਨਜ਼ਮ ਤਿਲਾਵਤ ਕੀਤੀ, ਉਹ ਸ਼ੇਰ ਪੜ੍ਹਨਾ ਚਾਹਦਾ। ਜ਼ਿੰਦਗੀ ਦਾ ਰਾਜ ਹੋਵੇ ਮੇਰੇ ਵਤਨ ਦੇ ਆਜ਼ਾਦਾਰ ਵਸਦੇ ਰਹਿਣ। ਹਾਜੀ ਸਾਹਿਬ ਅੱਲਾ ਤੁਹਾਨੂੰ ਦੇਰਗਾਹ ਸਲਾਮਤ ਰੱਖੇ, ਬਜ਼ੁਰਗ ਨੇ ਸਾਡੇ ਹਾਜੀ ਖਾਨ ਗੁਲਾਮ ਅਕਬਰ ਖਾਨ ਹਰੀ ਸਾਹਿਬ, ਮਾਲਕ ਇਹਨਾਂ ਨੂੰ ਦੇਰਗਾਹ ਸਲਾਮਤ ਰੱਖੇ। ਭਾਈਜਾਨ ਹੁਣ ਤਰ੍ਹਾਂ ਤਰ੍ਹਾਂ ਦੇ ਸਵਾਲ ਆਉਂਦੇ ਨੇ, ਮੇਰੇ ਲਾਈਵ ਚੱਲ ਰਹੀ ਹੈ। ਇੱਕ ਬੰਦਾ ਵੀ ਆਖੇ ਇਹ ਜਿਹੜਾ ਕਾਲਾ ਲਿਬਾਸ ਤੁਸੀਂ ਪਾਉਂਦੇ ਹੋ ਇਹ ਕੁਝ ਜ਼ਰੂਰੀ ਹੈ ਵੀ ਕਾਲਾ ਲਿਬਾਸ ਪਾ ਕੇ ਮਜਲਿਸ ਸੇ ਜਾਣਾ? ਜ਼ੈਨ ਭਾਈ ਮੈਂ ਕਿਹਾ ਸਿਰਫ ਅਸਾਂ ਕਾਲਾ ਲਿਬਾਸ ਨਹੀਂ ਪਹਿਨਦੇ, ਖੁਦਾ ਵੀ ਅਜੇ ਕਾਲਾ ਖੁਦਾ ਦਾ ਘਰ ਹੈ ਹੁਸੈਨ ਵਾਲਾ। ਨਹੀਂ ਆਇਆ ਬੰਦਾ ਜਾ ਕੇ ਸ਼ੇਰ ਤੇ ਹੱਥ ਨਹੀਂ ਚਾਇਆ, ਹੱਥ ਉੱਚੇ ਹੈ ਦਰੀ ਮਿਹਰਬਾਨੀ ਵਸਦਾ ਰਹੇ ਜ਼ਿੰਦਗੀ ਹੋਵੇ ਭਾਈ।
مالک نیاز قبول فرماوی میری نوکری ہو گئی زندگی دراز ہوئے بستا رہے آباد رہے میں کیا صرف اساں مہربانیت آ جی میں صرف اساں کالے لباس نہیں پہندے اے کعبے دا وی لباس کالا خدا دا گھر ہے حسین والا صلاح میری تو غور کر لے آہل کے وچ سنگلیاں چلائے ایو پائے ہاں سلامت ہوئے زندگی دراز ہوئے یا علی یا علی اللہ تو کو وسط رکھے جڑے ہاتھ محبت حسین اچ بلانے میں دعا بھی کردہ وطن دی دھرتی دے اے ہاتھ اسے نواب کربلا دی زری نال مسلم زندگی دراز ہوئی ترقی یافتہ دور لائیو مجلسہ جلوسہ کیمرے لگے مجالس سلسلہ زاداری دا میں 70 روپیہ پڑھ دا بھائی زین عرفان بھائی کاظم تلائے کے حاجی صاحب تلائے کے جتو تک میری آواز جا رہی ہے دنیا مجلس ازر بھرا ویکھ رہی ہے میں ہون تک 4 شیر پڑھیں چاہے میرا سونا ساتھ دیتا ہے تو سونا بولے ہیں میں راضی کھلا میں دعائی دے سکنا اللہ تو اکو وسطہ رکھے میں 70 روپیہ پڑھ دا عدنان بھائی دی مجلس میری ذاتی مجلس سے دیر سال ہو گئے نہیں تھا پڑھ دیا تو میری 70 پچا جاویں دعوی میرا زین بھائی دی موجودگی میں ممبر چھوڑ دے سا میں تیرا موٹا لا کے اکسا ایڈی وڈی 70 تے نہیں بولیا بت اللہ جانے تو بولنا کہندے نالے تو ویڈیو کر چیلنج نال 70 روپیہ پڑھ دا تو ویڈیو کر یا فوٹو چھنگ تو میاد جگتے حسین ہے کہے آہا زندگی دراز آوے یا علی آیا بکیا ماں دو ہنجو آ جانے ماں دی کبار اتے دی چون سلان دی چاکے آدھا بیٹھا تیرے پیوں دے وسدے شہر دے وچواں تیرے پتر دی چھیکڑی سیدہ دا تیرے پیوں دے وسدے شہر دے وچواں تیرے پتر دی چھیکڑی کول غربات دے حالات سیدہ دے میں نانک شہر چون لئی وینا کال اکبر دیبا تیرے مذہب ایک ماتم جائے گے مرحبا مرحبا شالا اپنے غم میں جمائن نہ کرے نوکرہ زوار سے نوکرہ یا بکیا ماں دی کبار ہوتے دی جاؤں سلام دی جاؤں کے آدھا بیٹھے تیرے پیوں دے وسدے شہر دے وچواں تیرے پتر دی چھیکڑی کول غربات دے حالات سیدہ دے مینان کے شہر جاوا ہائے چکر کے رولی سیدہ دے مینان کے شہر جاوا لئی مینان کال اکبر دیبا نوکر نوکر ازوار صاحب بسم اللہ زندگی دراز ہوئی
ਕਿਹੜਾ ਦੁਖੀ ਗੱਲ ਕੀਤੀ ਹੈ ਮੇਰੇ ਵੀਰਾ ਸਜਾਦ ਫਰਮਾਉਂਦੇ ਪੈਨ ਹੁਸੈਨ ਜੋ ਆਖਿਆ ਮੈਂ ਨਾਨਕੇ ਸ਼ਹਿਰ ਚ ਅਕਬਰ ਦੀ ਬਰਾਤ ਲਈ ਵੈਨਾ ਕੋਈ ਮਾਂ ਹੀ ਗੱਲ ਕੀਤੀ ਹੈ ਜਾਂ ਕੋਈ ਨਾ ਮਿੰਬਰ ਦੀ ਕਸਮ ਹੈ ਜ਼ਹਰਾ ਦੀ ਕਬਰ ਹੱਲੀਏ ਕਬਰ ਚ ਵੈਣ ਆਇਆ ਹੁਸੈਨ ਤੂੰ ਜੋ ਵਤਨ ਪਿਆ ਛੁੜੇ ਨਾ ਮੈਂ ਕੋਈ ਥਾਈ ਰਹਿਣਾ ਬੀਬੀ ਆਦੀ ਮੈਂ ਦਵਾ ਜਾਈ ਤੇਰੇ ਗੱਲ ਤੇ ਗੱਲ ਰੱਖਦਾ ਮਰਹਬਾ ਮਰਹਬਾ ਮਾਤਮ ਕਬੂਲ ਹੋਵੇ ਤੋ ਮਾ ਗੁਡਸਣਾਇਆ ਵਾ ਕੋਲ ਗੁਰਬਾਤ ਦੇ ਹਾਲਾਤ ਮੈਂ ਨਾਨਕੇ ਸ਼ਹਿਰ ਚ ਮੈਂ ਨਾਨਕੇ ਸ਼ਹਿਰ ਚ ਹਾਜੀ ਸਾਹਿਬ ਤੁਸੀਂ ਆਖਿਆ ਮੈਂ ਇੱਕ ਵੈਣ ਹੋਰ ਕਰਦਾ ਧੀਆਂ ਦੇ ਪਰਦੇ ਉਨੀ ਘੰਟੇ ਸ਼ਬੀਰ ਕਜਾਵੇ ਦੀ ਖੜਾ ਦੇਖੇ ਭੈਣ ਕੁਆਦਾ ਸਯਦਾ ਦਾ ਗੱਲ ਕਤਲ ਮਰਿਆ ਤੇ ਮੁਕਵੈ ਦੀ ਤੈਨਾ ਕਦਮ ਨਾ ਬਾਹਰ ਸ਼ਬੀਰ ਕਜਾਵੇ ਦੀ ਚਲੋ ਐਡੀ ਦੁਖੀ ਹਾਇ ਕੀਤੀ ਗਈ ਤੇ ਮੈਂ ਜੁਮਲਾ ਤਬਦੀਲ ਕਰਕੇ ਪੜਦਾ ਘੰਟੇ ਅਬਾਸ ਦੇ ਬਾਲੂਆਂ ਦੀ ਖੜਾ ਦੇਖੇ ਭੈਣ ਕੁਆਂ ਦਾ ਸਯਦਾ ਦਾ ਗੱਲ ਕਤਲ ਮਰਿਆ ਤੇ ਮੁਕਵੈ ਦੀ ਤੈਨਾ ਕਦਮ ਨਾ ਬਾਹਰ ਮੈਂ ਡਹਾਵੈਂਦਾ ਹਿਲਾਂਦਾ ਸਯਦਾ ਦਾ ਕਿਵੇਂ ਟੁਰਸੇ ਸੋੜਿਆ ਹੁਸੈਨ ਕਿਵੇਂ ਟੁਰਸੇ ਸੋੜਿਆ ਗਲੀਆਂ ਵਿੱਚ ਮਾਤੇ ਕੋ ਟੁਰਨ ਦਾਨ ਖਤਮ ਪੜਾਈ ਇਤਨਾ ਹੀ ਮੈਂ ਪੜਨਾ ਜ਼ਿੰਦਗੀ ਦਰਾਜ ਹੋਵੇ ਸਵਾਰ ਸਜਾ ਭੈਣਾਂ ਨੂੰ ਭੀਰਾ ਬਹੁ ਪਿਆਰੇ ਹੁੰਦੇ ਹੈ ਤਾਂ ਕਰ ਜਾ ਯਾਰ ਆਉਣ ਰਜ਼ਾ ਜ਼ਿੰਦਗੀ ਹੋਵੀ ਭੈਣਾਂ ਦਾ ਭੀਰਾਵਾਂ ਨਾਲ ਕੋਈ ਵੱਖਰਾ ਪਿਆਰ ਹੁੰਦਾ ਹੈ ਉਹ ਵਹਿਣ ਕਰਾਂ ਜਿਸ ਤੇ ਮੋਹਰ ਲੱਗੀ ਹੋਈ ਹੈ ਮੁਸਾਫਰ ਸ਼ਾਮ ਸੈਣ ਦੀ ਜਿਹੜੇ ਸਯਦ ਆਖਿਆ ਕਿਵੇਂ ਟੁਰਸੇ ਤੈਨੂੰ ਟੁਰਨ ਦਾ ਵੱਲ ਹੀ ਨਹੀਂ ਆਉਂਦਾ ਟੁਰਦੀ ਭਾਈ ਜਾਨ ਉੱਥਾਈ ਹੈ ਮੇਰੀ ਸੈਣ ਜਿੱਥਾਂ ਬਿਰਾ ਹੁਸੈਨ ਰੋਂਦਾ ਖਲੋਤਾ ਹੈ ਬਿਰਾ ਉਹਦੀਆਂ ਰੁਣੀਆਂ ਅੱਖਾਂ ਤੇ ਬੋਸਾ ਦਿੱਤਾ ਬੀਬੀ ਆਦੀ ਹੈ ਤੂੰ ਰੋ ਨਹੀਂ ਵੇਖ ਮੈਂ ਟੁਰ ਪਈਆ ਵਾ ਸਾਰਾ ਘਰ ਦਾ ਤਰਕਾ ਜਾ ਕੇ ਉਹ ਤੇਰੀ ਨੁਸਰਤ ਕੀਤੇ ਜਾਈਏ ਮਾਂ ਦੀ ਚਾਦਰ ਦੋਏ ਬਚੇ ਨਾਲ ਯਾ ਹੁਸੈਨ ਰੋਵਣ ਦੇ ਸਾਲ ਆਪਣੇ ਕੰਮ ਵਿੱਚ ਵੈਣ ਨਾ ਕਰੇ ਤੂੰ ਰੋ ਨਹੀਂ ਵੇਖ ਮੈਂ ਟੁਰ ਪਈਆ ਵਾ ਸਾਰਾ ਘਰ ਦਾ ਤਰਕਾ ਜਾ ਕੇ ਬੀਬੀ ਆਦੀ ਹੈ ਤੇਰੀ ਨੁਸਰਤ ਕੀਤੇ ਜਾਈਏ ਮੈਂ ਆਦੀ ਚਾਦਰ ਡੋਏ ਬਚੇ ਨਾਲ ਤੂੰ ਸਭ ਪਾਸੇ ਵਿੱਚ ਕਰ ਬਲ ਦੇਵਾ ਸੋਹਣਾ ਅਕਬਰ ਪੁੱਤਰ ਗੁਹਾ ਕੇ ਬੀਬੀ ਆਦੀ ਹੈ ਤੈ ਕੋ ਜ਼ਿੰਦਾ ਬਾਦ ਜ਼ਿੰਦਾ ਬਾਦ ਹੁਸੈਨ ਕਰੇ ਸਾਹਿਕ ਸਾਲ ਦੀ ਕਹਿਦਾ ਪੀੜਿਆ ਦੀ ਅੱਤਦਾ ਬਲਸਾ ਇਹਦਾ ਭੈਣ ਭੈਣੋ ਸੀ ਫਿਰਾ ਫਿਰਾ